ਕੋਈ ਦਿੱਕਤ ਆਵੇ। ਠੀਕ ਹੈ ਜੀ, ਮੈਂ ਅਨਾਊਂਸ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤਾਂ ਫਾਈਨੈਂਸ ਸੈਕਟਰੀ ਦੋ ਕੈਂਡੀਡੇਟ ਸੀਗੇ, ਸੰਜੀਵ ਸਹੋਤਾ ਅਤੇ ਰਾਘਵ ਸੂਦ। ਸੰਜੀਵ ਸਹੋਤੇ ਨੂੰ ਮਿਲੀਆਂ 80 ਵੋਟਾਂ, ਰਾਘਵ ਸੂਦ ਨੂੰ 140, 4 ਵੋਟਾਂ ਕੈਂਸਲ ਸੀ। ਇਹ 'ਚ ਵਿਨਰ ਆ ਜਿਹੜਾ ਰਾਘਵ ਸੂਦ। ਉਹ ਤੋਂ ਬਾਅਦ ਸੈਕਟਰੀ ਦੇ ਵਿੱਚ ਦੋ ਕੈਂਡੀਡੇਟ ਸੀ, ਕੁਲਵਿੰਦਰ ਸਿੰਘ ਅਤੇ ਹਿਮਾਂਸ਼ੂ ਖੰਨਾ। ਇਹਦੇ ਵਿੱਚ ਕੁਲਵਿੰਦਰ ਸਿੰਘ ਨੂੰ 99, ਹਿਮਾਂਸ਼ੂ ਖੰਨਾ ਨੂੰ 121, 4 ਕੈਂਸਲ। ਵਾਈਸ ਪ੍ਰੈਜ਼ੀਡੈਂਟ ਦੀਆਂ ਦੋ ਸੀਗੇ, ਰਸ਼ਮੀ ਮੈਨਰੋ ਐਂਡ ਰਵਿੰਦਰ ਕੁਮਾਰ ਰਿਖੀ। ਰਸ਼ਮੀ ਮੈਨਰ ਨੂੰ 62, ਰਵਿੰਦਰ ਕੁਮਾਰ ਰਿਖੀ ਨੂੰ 158। ਪ੍ਰੈਜ਼ੀਡੈਂਟ 'ਚ ਦੋ ਸੀ, ਅਮਿਤ ਵਰਮਾ ਅਤੇ ਸੰਦੀਪ ਸਿੰਘ ਔਜਲਾ। ਅਮਿਤ ਵਰਮਾ ਨੂੰ 102, ਸੰਦੀਪ ਸਿੰਘ ਔਜਲਾ ਨੂੰ 120, 2 ਕੈਂਸਲ। ਵਿਨਰ ਸੰਦੀਪ ਸਿੰਘ ਔਜਲਾ। ਥੈਂਕ ਯੂ। ਮੇਰਾ ਨਾਮ ਐਡਵੋਕੇਟ ਰਾਘਵ ਸੂਦ ਹੈ। ਮੈਂ ਇਹ ਮੇਰਾ ਫਸਟ ਟਾਈਮ ਇਲੈਕਸ਼ਨ ਸੀ ਬਤੌਰ ਫਾਈਨਾਂਸ ਸੈਕਟਰੀ ਦੀ ਪੋਸਟ ਲਈ। ਮੈਂ ਬਹੁਤ ਧੰਨਵਾਦ ਹੈ ਆਪਣੇ ਸਾਰੇ ਬਾਰ ਮੈਂਬਰਸ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਇਸ ਅਹੁਦੇ 'ਤੇ ਬਿਠਾਇਆ। ਔਰ ਮੈਂ ਸਭ ਨਾਲ ਵਾਅਦਾ ਕਰਦਾ, ਜਦ ਤੱਕ ਮੈਂ ਇਹ ਅਹੁਦੇ 'ਤੇ ਬੈਠਾ, ਜਿੰਨਾ ਹੋ ਸਕੇ ਹੋਊਗਾ ਆਪਣੇ ਬਾਰ ਦੀ ਵੈਲਫੇਅਰ ਲਈ, ਟਰਾਂਸਪੇਰੈਂਸੀ ਲਈ, ਫਾਈਨਾਂਸ ਦੀ ਜ਼ਰੂਰ ਕੰਮ ਕਰਾਂਗਾ। ਥੈਂਕ ਯੂ। ਹਾਂਜੀ, ਮੈਂ ਸਰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਮੈਂ ਸਾਰੇ ਬਾਰ ਐਸੋਸੀਏਸ਼ਨ ਖੰਨਾ ਦੇ ਸਾਰੇ ਮੈਂਬਰਸ ਦਾ ਬੜਾ ਧੰਨਵਾਦੀ ਹੈ। ਇਹਨਾਂ ਨੇ ਮੈਨੂੰ ਇੰਨੀ ਵਧੀਆ ਲੀਡ ਨਾਲ, ਬੜੀ ਅੱਛੀ ਵੋਟਾਂ ਨਾਲ ਮੈਨੂੰ ਬੜਾ ਵਧੀਆ ਆਸ਼ੀਰਵਾਦ ਦਿੱਤਾ। ਇਹ ਮੇਰੀ ਜਿੱਤ ਨਹੀਂ ਹੈ ਸਰ, ਇਹ ਸਾਰੇ ਮੇਰੇ ਬਾਰ ਮੈਂਬਰਸ ਦੀ, ਇਹਨਾਂ ਮੈਨੂੰ ਪਿਆਰ ਬਖਸ਼ਿਆ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰ। ਮੈਂ ਹਿਮਾਂਸ਼ੂ ਖੰਨਾ ਐਡਵੋਕੇਟ, ਠੀਕ, ਜੋ ਕਿ ਬਾਰ ਐਸੋਸੀਏਸ਼ਨ ਖੰਨਾ ਦਾ ਸੈਕਟਰੀ ਦੀ ਪੋਸਟ 'ਤੇ ਇਲੈਕਸ਼ਨ ਕੰਟੈਸਟ ਕਰ ਰਿਹਾ ਸੀ। ਮੈਨੂੰ ਸਾਰੇ ਯੂਥ ਨੇ, ਐਲਡਰਸ ਨੇ ਬਲੈਸਿੰਗ ਦਿੱਤੀਆਂ, ਆਪਣੀ ਵੋਟ ਨੇ ਮੈਨੂੰ ਕਾਮਯਾਬ ਬਣਾਇਆ। ਮੈਂ ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਆਪਣੇ ਦਿਲੋਂ ਧੰਨਵਾਦ ਕਰਦਾ। ਥੈਂਕ ਯੂ। ਦੀਪ ਸਿੰਘ ਔਜਲਾ, ਨਿਊਲੀ ਇਲੈਕਟਡ ਪ੍ਰੈਜੀਡੈਂਟ ਆਫ ਬਾਰ ਐਸੋਸੀਏਸ਼ਨ ਖੰਨਾ। ਸਭ ਤੋਂ ਪਹਿਲਾਂ ਮੈਂ ਮੇਰੀ ਸਾਰੀ ਬਾਰ, ਮੇਰੇ ਦੋਸਤਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਵੱਡੇ ਭਰਾ ਅਤੇ ਛੋਟੇ ਭਰਾ ਨੂੰ ਇੰਨਾ ਮਾਣ ਬਖਸ਼ਦੇ ਹੋਏ ਬਾਰ ਐਸੋਸੀਏਸ਼ਨ ਖੰਨਾ ਦਾ ਪ੍ਰੈਜੀਡੈਂਟ ਹੋਣ ਦਾ ਮਾਣ ਬਖਸ਼ਿਆ। ਇਸ ਤੋਂ ਇਲਾਵਾ ਮੈਂ ਬਹੁਤ ਧੰਨਵਾਦੀ ਹਾਂ ਮੇਰੇ ਸੀਨੀਅਰਸ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਛੋਟਾ ਬੱਚਾ ਜਾਣਦੇ ਹੋਏ ਇਸ ਵਾਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਲਾਵਾ ਹੁਣ ਜਿਹੜਾ ਵਕੀਲਾਂ ਦੀਆਂ ਮੰਗਾਂ ਹੈਗੀਆਂ, ਕੁਛ ਸਮੱਸਿਆਵਾਂ ਨੇ, ਉਹਨਾਂ ਵਾਸਤੇ ਤੁਸੀਂ ਕੀ ਕਰੋਗੇ? ਮੇਰੀ ਸਭ ਤੋਂ ਪਹਿਲੀ ਪ੍ਰਾਇਓਰਟੀ ਇਹ ਹੋਏਗੀ ਜੀ, ਜੋ ਵੀ ਵਕੀਲ ਭਾਈਚਾਰੇ ਦੀਆਂ ਸਾਡੀਆਂ ਸਮੱਸਿਆਵਾਂ ਨੇ, ਉਹਨੂੰ ਪ੍ਰੈਫਰੈਂਸ ਦੇ ਬੇਸ 'ਤੇ ਮੈਂ ਹੱਲ ਕਰਾਉਣ ਦਾ ਜਿਹੜਾ ਹੈਗਾ ਯਤਨ ਕਰੂੰਗਾ। ਮੇਰੀ ਜਿਹੜੀ ਹੈਗੀ ਆ ਪੂਰੀ ਪ੍ਰੋਪਰ ਜਿਹੜੀ ਟੀਮ ਹੈਗੀ ਆ, ਯੰਗ ਟੀਮ ਹੈਗੀ ਆ, ਐਨਰਜੈਟਿਕ ਟੀਮ ਹੈਗੀ ਆ, ਮੈਨੂੰ ਪੂਰੀ ਆਸ ਆ ਵੀ ਇਹ ਮੈਨੂੰ ਪੂਰਾ ਸਾਥ ਦੇਣਗੇ। ਜੋ ਵੀ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੇ, ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਹੱਲ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਯਤਨ ਕਰਾਂਗੇ।